ਅੱਜ ਫੇਰ ਦੁਬਾਰਾ ਦੇ ਕਿਸਾਨ ਦੇਸ਼ ਦੇ ਕਿਸਾਨ ਵੈਸੇ ਤਾਂ ਪਰ ਪੰਜਾਬ ਦੇ ਕਿਸਾਨ ਕਿਉਂਕਿ ਸਾਡਾ ਤਾਲੁਕਾ ਪੰਜਾਬ ਨਾਲ ਹੈ ਆਪਦੇ ਹੱਕਾਂ ਦੀ ਲੜਾਈ ਵਾਸਤੇ ਦਿੱਲੀ ਜਾ ਰਹੇ ਮੈਂ ਸਮਝਦਾ ਕਿ ਬਹੁਤ ਮਦਭਾਗਾ ਦੇਣਾ ਔਰ ਇਤਿਹਾਸ ਪਹਿਲੇ ਦਿਨਾਂ ਨੂੰ ਤੇ ਅੱਜ ਦੇ ਦਿਨਾਂ ਨੂੰ ਅੱਜ ਦੇ ਦਿਨ ਨੂੰ ਹਿਸਟਰੀ ਚ ਲਿਖੇਗਾ ਕਿ ਜਦੋਂ ਦੇਸ਼ ਦਾ ਅੰਨਦਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਿਹਾ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਤੇ ਉਹਨੂੰ ਰਾਸਤੇ ਦੇ ਵਿੱਚ ਹੀ ਹਰਿਆਣਾ ਬਾਰਡਰ ਤੇ ਜਿਸ ਪ੍ਰਕਾਰ ਰੋਕਣ ਦਾ ਕੰਮ ਕੀਤਾ ਜਾਂ ਮੈਂ ਸਮਝਦਾ ਕਿ ਪਾਕਿਸਤਾਨ ਤੋਂ ਵੀ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਹਜੇ ਕਿਤੇ ਨਾ ਕਿਤੇ ਢਿੱਲ ਮਸ ਪਾਕਿਸਤਾਨ ਬਾਰਡਰ ਤੇ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਵੇਖਿਆ ਉੱਥੇ ਜਾ ਕੇ ਤਾਰਾਂ ਹੀ ਲੱਗੀਆਂ ਵੱਡੇ ਵੱਡੇ ਬੈਰੀਕੇਡਸ ਔਰ ਕਿਸ ਤਰ੍ਹਾਂ ਲੰਬੇ ਲੰਬੇ ਉੱਥੇ ਕਿੱਲ ਵਿਛਾ ਦਿੱਤੇ ਗਏ ਨੇ ਸੜਕ ਤੇ ਤਾਂ ਜੋ ਕਿਸਾਨ ਆਪਦੀਆਂ ਮੰਗਾਂ ਵਾਸਤੇ ਦਿੱਲੀ ਨਾ ਪਹੁੰਚ ਸਕੇ ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੂਬਾ ਵੇਖਿਆ ਜਾਂਦਾ ਸਾਰਾ ਦੇਸ਼ ਬੀਜੇਪੀ ਵੱਖ ਨਿਗਾਹ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾਹ ਦਾ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾਹ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲ ਸਾਲ ਭਰ ਅੰਦੋਲਨ ਕਰਕੇ 700 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿੱਕਰੀ ਬਾਦਲ ਤੋਂ ਮੁੜੇ ਸਨ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੱਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਦਾ ਹਾਂ ਇਹ ਜਿਹੜੇ ਫਾਰਮ ਲਾਜ ਹੈ ਤੇ ਮੈਂ ਇਹਨਾਂ ਤੇ ਗੌਰ ਫਰਮਾਵਾਂਗੇ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ ਚ ਵੜਿਆ ਹੀ ਨਹੀਂ ਉਹ ਹੁਣੇ ਹੀ ਸਾਡੀ ਵੱਲ ਅਥਰੂ ਗੈਸ ਦੇ ਗੋਲੇ ਤੇ ਹੁਣੇ ਉਹਨਾਂ ਨੇ ਆਪਦਾ ਚਾਲੂ ਕਰਤਾ ਮੇਰਾ ਖਿਆਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਹਰੀ ਹੋ ਕੇ ਕਿ ਇਹ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ ਚ ਵੜੇ ਨਹੀਂ ਜਦੋਂ ਹਰਿਆਣੇ ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਪਰ ਚਲੋ ਜੋ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਦੂਜੇ ਪਾਸੇ ਦੁਨੀਆਂ ਦੇ ਵਿੱਚ ਅੰਦੋਲਨ ਹੋ ਰਹੇ ਨੇ ਚਾਹੇ ਉਹ ਪੈਰਿਸ ਹੈ ਚਾਹੇ ਅਮੈਰੀਕਾ ਹੈ ਉੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਭੀੜ ਨਹੀਂ ਦੱਸਿਆ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਉਹਨਾਂ ਦਾ ਰਾਈਟ ਹੈ ਅੰਦੋਲਨ ਕਰਨਾ ਆਪਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਇੱਥੇ ਕਿਹਾ ਜਾ ਰਿਹਾ ਕਿ ਇਹ ਭੀੜ ਤੰਤਰ ਹੈ ਇਹ ਭੀੜ ਤੰਤਰ ਨਹੀਂ ਹੈ ਇਹ ਦੇਸ਼ ਦਾ ਅੰਨਦਾਤਾ ਹੈ ਜਿਹਨੇ 1967 ਤੋਂ ਲੈ ਕੇ ਜਦੋਂ MSP ਲਾਗੂ ਹੋਈ ਸੀ ਕਾਂਗਰਸ ਪਾਰਟੀ ਦੇ ਵੇਲੇ ਇਸ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਨੇ ਮੈਂ ਸਮਝਦਾ ਕਿ ਢਿੱਡ ਭਰਿਆ ਅੱਜ ਉਹਨੂੰ ਭੀੜ ਤੰਤਰ ਨਹੀਂ ਕਿਹਾ ਜਾ ਸਕਦਾ
ਮੰਗਾਂ ਕੀ ਹੈ ਜੀ? ਕਿਸਾਨ ਮੰਗ ਕੀ ਰਿਹਾ? ਕਿਸਾਨ ਕਹਿ ਰਿਹਾ ਕਿ ਲੀਗਲਾਈਜ਼ ਕਰ ਦਿਓ MSP। ਔਰ ਇਹ ਤੁਸੀਂ ਮੰਨਿਆ ਸੀਗਾ ਜਦੋਂ ਕਿਸਾਨਾਂ ਨੇ ਉੱਥੋਂ ਧਰਨਾ ਚੱਕਿਆ। ਕਮ ਸੇ ਕਮ ਇਹ ਤਾਂ ਕਰੋ ਕਿ MSP ਜਿਹੜੀ ਹੈਗੀ ਆ ਉਹਦੇ ਤੋਂ ਥੱਲੇ ਕੋਈ ਖਰੀਦ ਨਹੀਂ ਕਰ ਸਕਦਾ। ਅੱਜ ਕੱਲ ਕਿਸ ਪਾਰਟੀ ਦੀ? ਹੁਣ ਰੋਜ਼ ਗਰੰਟੀਆਂ ਦੇ ਰਹੇ ਆ ਮੋਦੀ ਜੀ, ਹਰ ਚੌਂਕ ਤੇ ਚੌਰਾਹੇ ਤੇ ਫਲੈਕਸ ਲੱਗਿਆ ਕਿ ਮੋਦੀ ਕੀ ਗਰੰਟੀ। ਲੇਕਿਨ ਮੋਦੀ ਕੀ ਗਰੰਟੀ ਕਿਸਾਨੋ ਕੇ ਲਈ ਨਹੀਂ ਹੈ, ਹੋਰ ਸਾਰੇ ਲੋਕਾਂ ਲਈ ਮੋਦੀ ਦੀ ਗਰੰਟੀ ਹੈ। ਕਿਸਾਨ ਲਈ ਕਦੇ ਮੋਦੀ ਦੀ ਗਰੰਟੀ ਆਏਗੀ? ਕਿਸਾਨ ਕਹਿ ਰਿਹਾ ਕਿ MSP ਤੋਂ ਥੱਲੇ ਸਾਡਾ ਕੋਈ ਫਸਲ ਜਿਹੜੀ ਆ ਉਹ ਖਰੀਦੀ ਨਾ ਜਾਵੇ ਜਿਹਦੇ ਤੇ MSP ਹੈ। ਤੇ ਕੀ ਗੁਨਾਹ ਕਰ ਰਿਹਾ ਜੀ ਕਿਸਾਨ? ਫਿਰ ਕਿਸਾਨ ਕੀ ਕਹਿ ਰਿਹਾ ਕਿ MSP ਨੂੰ ਤੁਸੀਂ ਕੈਲਕੂਲੇਟ ਕਰੋ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ। ਤੁਸੀਂ ਵੇਖੋ ਜੀ 1967 ਦੀ MSP ਤੋਂ ਚੱਲੀ ਆ ਰਹੀ ਹੈ, ਉਦੋਂ ਬਾਅਦ ਵੱਧਦੀ ਵੱਧਦੀ ਥੋੜਾ ਅੱਜ ਜਿਹੜੇ ਹਾਲਾਤ ਨੇ, ਤਨਖਾਹਾਂ ਵੱਧ ਗਈਆਂ, TADA ਵੱਧਦੇ ਨੇ ਹਰ ਸਾਲ 2 ਸਾਲਾਂ ਬਾਅਦ, ਭੱਤੇ ਵੱਧਦੇ ਨੇ, ਲੇਕਿਨ ਕਿਸਾਨ ਦੇ ਬਾਰੇ ਨਹੀਂ ਸੋਚਿਆ ਜਾਂਦਾ। ਅੱਜ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਅਗਰ MSP ਕੈਲਕੂਲੇਟ ਕਰ ਲਓ ਤਾਂ 7,000 ਰੁਪਇਆ ਪ੍ਰਤੀ ਕੁਇੰਟਲ ਇਹਨਾਂ ਫਸਲਾਂ ਦੀ MSP ਬਣ ਜਾਏਗੀ। ਤੇ ਕਿਸਾਨ ਮੰਗ ਕੀ ਰਿਹਾ? ਕਿਸਾਨ ਕਹਿੰਦਾ ਕਿ ਕਿਰਪਾ ਕਰਕੇ MSP ਦੀ ਗਰੰਟੀ ਕਰ ਦਿਓ ਕਿ ਇਦੋਂ ਥੱਲੇ ਨਾ ਖਰੀਦੀ ਜਾਵੇ ਜੋ ਤੁਸੀਂ MSP ਦੇ ਰਹੇ ਹੋ। ਤੁਸੀਂ ਸਵਾਮੀਨਾਥਨ ਨੂੰ ਤਾਂ ਭੁੱਲੀ ਜਾਓ। ਫਿਰ ਕਿਸਾਨ ਕੀ ਕਹਿ ਰਿਹਾ ਜੀ? ਕਿਸਾਨ ਕਹਿੰਦਾ ਸਾਡਾ ਕਰਜ਼ ਮਾਫ ਕਰ ਦਿਓ। ਅੱਜ ਕਰਜ਼ ਕੀ ਹੈ ਜੀ? ਜੇ ਪੰਜਾਬ ਦੀ ਗੱਲ ਕਰ ਲਈਏ ਤੇ ਮੇਰਾ ਖਿਆਲ ਤਕਰੀਬਨ 74-75 ਹਜ਼ਾਰ ਕਰੋੜ ਰੁਪਇਆ ਅੱਜ ਪੰਜਾਬ ਦੇ ਕਿਸਾਨ ਤੇ ਕਰਜ਼ਾ ਹੈਗਾ ਜੀ, ਯਾਨੀ ਕਿ 24.92 ਲੱਖ ਲੋਕਾਂ ਤੇ ਕਰਜ਼ਾ ਹੈਗਾ ਜੀ ਕਿਸਾਨਾਂ ਤੇ। ਤਕਰੀਬਨ 25 ਲਾ ਲਓ ਜੀ, 25 ਲੱਖ ਕਹੇ ਜੇ 25 ਲੱਖ ਨੂੰ ਇਹ ਜਿਹੜਾ ਕਰਜ਼ਾ ਹੈਗਾ 74 ਹਜ਼ਾਰ ਕਰੋੜ ਦਾ ਤੇ ਕੈਲਕੂਲੇਟ ਕਰ ਲਈਏ ਤਾਂ 2.95 ਲੱਖ ਕਰਜ਼ਾ ਇੱਕ ਕਿਸਾਨ ਤੇ ਬਣਦਾ ਜੀ। ਤੇ ਕਿੰਨਾ ਕਰਜ਼ਾ ਜੀ? ਤੇ ਮੈਨੂੰ ਯਾਦ ਹੈ 72 ਹਜ਼ਾਰ ਕਰੋੜ ਰੁਪਇਆ UPA ਦੀ ਸਰਕਾਰ ਨੇ, ਕਈ ਵਾਰੀ ਸਾਨੂੰ ਕਹਿੰਦੇ ਆ 70 ਸਾਲੋਂ ਮੈਂ ਕਿਆ ਕੀ ਆਏ, 72 ਹਜ਼ਾਰ ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਵੇਵ ਆਫ ਕਰਤਾ ਕਿਸਾਨਾਂ ਦਾ, ਤੇ 4,624 ਕਰੋੜ ਰੁਪਇਆ ਵੇਵ ਆਫ ਪੰਜਾਬ ਦੀ ਸਰਕਾਰ ਨੇ ਮਦਰਲੀ ਨੇ ਕਾਂਗਰਸ ਦੀ ਨੇ ਕੀਤਾ, ਜਾਣੀ ਕਿ 5,84,000 ਲੋਕਾਂ ਦਾ ਕਰਜ਼ਾ ਅਸੀਂ ਮਾਫ਼ ਕੀਤਾ 4,624 ਕਰੋੜ ਰੁਪਇਆ। ਇਹ ਸਾਡੀ ਜਿਹੜੀ ਕਰਜ਼ ਤੇ ਥੱਲੇ ਦੱਬੀ ਸਰਕਾਰ ਹੈ ਪੰਜਾਬ, ਉਹਨੇ ਕੀਤਾ ਪੰਜਾਬ ਦੀ ਸਰਕਾਰ ਨੇ, ਤੇ ਤੁਹਾਡੇ ਤੋਂ 74 ਹਜ਼ਾਰ ਕਰੋੜ ਦੀ ਅਸੀਂ ਮੰਗ ਕਰ ਰਹੇ ਹਾਂ ਤੇ 25 ਲੱਖ ਸਾਡਾ ਕਿਸਾਨ ਪੰਜਾਬ ਦਾ ਸੁਰਖਰੂ ਹੋਜੂਗਾ। ਤੇ ਦੂਜੇ ਪਾਸੇ ਤੁਸੀਂ ਕਾਰਪੋਰੇਟ ਅਦਾਰੇ ਹੈ ਜਿਹੜੇ ਅਮੀਰ ਲੋਕ ਜਿਨ੍ਹਾਂ ਨੂੰ ਟਰਾਲੀਆਂ ਤੇ ਧਰਨਾ ਲਾਉਣ ਦੀ ਲੋੜ ਨਹੀਂ ਹੈ, ਜਿਹੜੇ ਜੰਤਰ ਮੰਤਰ ਨਹੀਂ ਗਏ ਕਦੇ, ਜਿਨ੍ਹਾਂ ਨੇ ਆਪਦਾ ਕੋਈ ਬੰਦਾ ਨਹੀਂ ਮਰਵਾਇਆ ਠੰਡਾਂ ਚ ਜਾਂ ਰਾਤਾਂ ਟਰੈਕਟਰ ਚੜ ਕੇ, ਉਹਨਾਂ ਦਾ 15 ਲੱਖ ਕਰੋੜ ਰੁਪਇਆ ਦੇਸ਼ ਦੀ ਇਹ ਸੈਂਟਰ ਸਰਕਾਰ ਨੇ ਮਾਫ਼ ਕਰਤਾ, 15 ਲੱਖ ਕਰੋੜ ਰੁਪਇਆ। ਤੇ ਟੋਟਲ ਅਗਰ ਦੇਸ਼ ਤੇ ਗੱਲ ਕਰ ਲਓਗੇ ਤਾਂ ਮੇਰੇ ਖਿਆਲ 3-3.5 ਲੱਖ ਕਰੋੜ ਰੁਪਇਆ ਕਰਜ਼ਾ ਹੋਏਗਾ, 3.5 ਲੱਖ ਕਰੋੜ ਰੁਪਇਆ ਪੂਰੇ ਪੰਜਾਬ ਦੇਸ਼ ਦੇ ਕਿਸਾਨਾਂ ਤੇ।
ਲੇਕਿਨ ਉਹ ਨਹੀਂ ਮਾਫ ਕਰੋਗੇ, 15 ਲੱਖ ਕਾਰਪੋਰੇਟ ਅਦਾਰਿਆਂ ਦਾ ਮਾਫ ਕਰ ਦਿਓਗੇ। ਇਹਨੇ ਚੋ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ, 3.5 ਲੱਖ ਕਰੋੜ ਰੁਪਇਆ ਵਿਲਫੁਲ ਡਿਫਾਲਟਰਸ ਦਾ ਮਾਫ ਕਰਤਾ। ਵਿਲਫੁਲ ਡਿਫਾਲਟਰ ਉਹ ਹੁੰਦਾ ਕਿ ਜਿਹਨੇ ਸਰਕਾਰ ਨਾਲ ਇਸ ਨੀਅਤ ਨਾਲ ਪੈਸਾ ਲਿਆ ਕਿ ਮੈਂ ਪੈਸਾ ਮੋੜਨਾ ਹੀ ਨਹੀਂ ਗਾ, ਜਿਹੜਾ ਲਿਆ ਵਿਆ ਲੋਨ ਇਹ ਦੇਣਾ ਨਹੀਂ ਹੈ, ਉਹ ਵੀ ਕਾਰਪੋਰੇਟ ਅਦਾਰਿਆਂ ਦਾ 3.5 ਲੱਖ ਕਰੋੜ ਰੁਪਇਆ ਮਾਫ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਨਵੇਂ ਸਿਰਿਓਂ ਇਹਨਾਂ ਨੂੰ ਲੋਨ ਦੇਣਾ ਸ਼ੁਰੂ ਕਰੋ, ਇਹਨੂੰ ਮਾਫ ਕਰ ਦਿਓ। ਤੇ ਕਿਸਾਨ ਤੇ ਕਰਜ਼ਾ ਕੀ ਹੈ ਸਾਹਿਬ, ਜਿਹਦੇ ਕੋਲੇ 2,94,000 ਰੁਪਏ ਦਾ ਕਰਜ਼ਾ ਹੈ, ਉਹਦਾ ਸਭ ਕੁਛ ਗਹਿਣੇ ਹੈ, ਕੁਰਕ ਹੈ, ਉਹਨੂੰ ਕੋਈ ਕਰਜ਼ਾ ਨਹੀਂ ਦੇ ਰਿਹਾ, ਉਹਨੂੰ 10,000 ਰੁਪਏ ਦਾ ਕਰਜ਼ਾ ਨਹੀਂ ਮਿਲ ਰਿਹਾ, ਉਹਨੂੰ ਆਪਦੀ ਕੁੜੀ ਵਿਆਹਣ ਵਾਸਤੇ ਪੈਸੇ ਨਹੀਂ ਮਿਲ ਰਹੇ। ਇਹ ਅਨਿਆਏ ਨਹੀਂ ਹੈ, ਇਹ ਧੱਕਾ ਨਹੀਂ ਹੈ, ਇਸ ਕਰਕੇ ਫਾਰਮਰ ਦੇਸ਼ ਦਾ ਸੁਸਾਈਡ ਕਰ ਰਿਹਾ। ਤੁਸੀਂ ਕਹਿੰਦੇ GDP ਗਰੋਥ ਫਲਾਂ ਦੀ ਗੱਲ, ਅੱਜ ਕਿਸਾਨ ਦੀ ਆਮਦਨ ਕੀ ਹੈ ਪਤਾ ਹੈ? ਅੱਜ ਦੇ ਮੁਤਾਬਕ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ ਪਰ ਡੇ 27 ਰੁਪਏ ਕਿਸਾਨ ਦੇ ਖਾਤੇ ਆਉਂਦੇ ਆ 365 ਦਿਨਾਂ ਚ ਪ੍ਰਤੀ ਏਕੜ। ਅੱਜ ਮੇਰੇ ਕਿਸਾਨ ਦੀ ਇੰਨੀ ਤਰਸਯੋਗ ਹਾਲਤ ਹੈ। ਇਸੇ ਕਰਕੇ ਕਿਸਾਨ ਦਾ ਚਿੱਤ ਨਹੀਂ ਕਰਦਾ ਕਿ ਟਰਾਲੀਆਂ ਤੇ ਚੜ੍ਹ ਕੇ ਠੰਡਾਂ ਚ ਬਜ਼ੁਰਗਾਂ ਨੂੰ, ਆਪਦੇ ਪਿਓਾਂ ਨੂੰ, ਆਪਦੀਆਂ ਮਾਵਾਂ ਨੂੰ, ਆਪਦੇ ਭਰਾਵਾਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਦਿੱਲੀ ਵੱਲ ਕੂਚ ਕਰੇ ਔਰ ਇੱਕ ਇੱਕ ਸਾਲ ਉੱਥੇ ਤੰਬੂਆਂ ਚ ਬੈਠਾ ਰਹੇ। ਇੱਕ ਪਾਸੇ ਮੌਤ ਨਜ਼ਰ ਆ ਰਹੀ ਹੈ। ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਉਹਨੇ ਕੂਚ ਕੀਤਾ। ਹੋਰ ਕੀ ਕਹਿ ਰਿਹਾ, ਹੋਰ ਉਹਨਾਂ ਦੀ ਮੰਗ ਸੀ, ਇਹਨਾਂ ਨੇ ਕਿਹਾ ਸੀ ਕਿ ਜਿਹੜੇ ਫਾਰਮਰ ਮਰ ਗਏ ਨੇ ਉਦੋਂ ਐਜੀਟੇਸ਼ਨ ਦੇ ਵਿੱਚ, ਇਹ ਕਿਸਾਨਾਂ ਦੀ ਮੰਗ ਹੈ ਕਿ ਅਸੀਂ ਇਹਨਾਂ ਨੂੰ ਕੁਛ ਨਾ ਕੁਛ ਦਿਆਂਗੇ, ਕੰਪਨਸੇਟ ਕਰਾਂਗੇ, ਪਰ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ, ਇਹੀ ਮੰਗ ਹੈ। ਇੱਕ ਉਹਨਾਂ ਨੇ ਕਿਹਾ ਸੀ 2013 ਦਾ ਲੈਂਡ ਆਰਡੀਨੈਂਸ ਬਿੱਲ ਜਿਹੜਾ ਲੈ ਕੇ ਆਈ ਸੀ ਪੰਜਾਬ ਦੀ ਹਿੰਦੁਸਤਾਨ ਦੀ ਸਰਕਾਰ ਉਸ ਵੇਲੇ ਦੀ UPA, ਮੈਨੂੰ ਪਤਾ ਹੈ ਰਾਹੁਲ ਗਾਂਧੀ ਨੇ ਵੱਡਾ ਪਰਸੋਲ ਤੇ ਯਾਤਰਾ ਕਰਕੇ ਉਹਨਾਂ ਨੇ ਉਦੋਂ ਇਹ ਕਾਨੂੰਨ ਲੈ ਕੇ ਆਉਂਦਾ ਸੀ, ਠੀਕ ਹੈ ਉਹ ਪਤਾ ਨਹੀਂ ਚੱਲਿਆ ਕਿ 80% ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਕਰ 80% ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ, ਕਿਉਂਕਿ ਕਾਰਪੋਰੇਟ ਅਦਾਰੇ ਆਉਂਦੇ ਸੀ, ਲੈਂਡ ਅਕਵਾਇਰ ਕਰ ਲੈਂਦੇ ਸੀ, ਕਈ ਕਈ ਸਾਲ ਪਈ ਰਹਿੰਦੀ ਹੈ ਜ਼ਮੀਨ, ਉਹਨਾਂ ਤੇ ਕੁਛ ਨਹੀਂ ਬਣਦਾ ਤੇ ਫਿਰ ਜਿਹੜੀ ਜ਼ਮੀਨ ਆ ਉੱਥੇ, ਪਰ ਕਿਸਾਨ ਤੋਂ ਜ਼ਮੀਨ ਖੋਹ ਲਈ ਜਾਂਦੀ ਹੈ। ਉਹ ਕਹਿੰਦੇ ਕਿ ਉਹਨੂੰ ਰਜਿਸਟਰ ਕਰੋ, ਉਹ ਕਾਨੂੰਨ ਜਿਹੜਾ ਉਸੇ ਦਾ ਉਸੇ ਤਰ੍ਹਾਂ 2013 ਦੇ ਵਿੱਚ ਜਿਹੜਾ ਬਣਾਇਆ ਸੀ ਉਹ ਉਹਨੇ ਨਿਯਮਾਂ ਦੇ ਹਿਸਾਬ ਲਾਗੂ ਹੋਣਾ ਚਾਹੀਦਾ। ਫਿਰ ਕਹਿ ਰਹੇ ਹੈ ਜਿਹੜੀਆਂ FIR ਹੋਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਕੈਂਸਲ ਕਰੋ, ਤੁਸੀਂ ਕਿਹਾ ਸੀ ਕੈਂਸਲ ਕਰ ਦਿਆਂਗੇ, ਉਹ ਤਲਵਾਰ ਹਜੇ ਦੀ ਹਜੇ ਲਟਕ ਰਹੀ ਹੈ ਲੋਕਾਂ ਦੇ ਉੱਤੇ ਕਿ ਤੁਹਾਡੇ FIR ਜਾਣ ਬੁੱਝ ਕੇ ਰੱਖੀਆਂ ਗਈਆਂ FIR ਕੀ, ਹਜੇ ਅਸੀਂ ਚਲਾਨ ਪੇਸ਼ ਨਹੀਂ ਕੀਤੇ, FIR ਤੁਹਾਡੇ ਤੇ ਸਟਿਲ ਬਰਕਰਾਰ ਨੇ, ਜੇ ਦੁਬਾਰਾ ਚੂੰਚਾਂ ਕਰੋਗੇ ਅਸੀਂ ਉਹ FIR ਦੇ ਚਲਾਨ ਪੇਸ਼ ਕਰ ਦਿਆਂਗੇ, ਤੁਹਾਨੂੰ ਤਰੀਕਾ ਭੁਗਤਣਾ ਆਏਗਾ। ਇੱਕ ਪਾਸੇ ਤਾਂ BJP ਦਾ ਪ੍ਰੋਮਿਸ ਸੀ ਕਿ ਅਸੀਂ ਤੁਹਾਡੀ ਫਸਲ ਅਸੀਂ ਆਮਦਨ ਦੁੱਗਣੀ ਕਰ ਦਿਆਂਗੇ 2022 ਚ, 2022 ਚ BJP ਕਹਿੰਦੀ ਸੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ, ਤੇ ਅੱਜ ਮੇਰੇ ਪੰਜਾਬ ਦੇ ਉਹ ਤਰਸਯੋਗ ਹਾਲਤ ਹੈ। ਅੱਜ ਬਾਰਡਰ ਬਣਾ ਦਿੱਤਾ ਗਿਆ, ਅੱਜ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹੈ, ਵਾਟਰ ਕੈਨਨ ਲਗਾ ਦਿੱਤੀਆਂ ਗਈਆਂ, ਇਸ ਤਰ੍ਹਾਂ ਪੈਰਾਮਿਲਟਰੀ ਫੋਰਸਿਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਵੇਂ ਕੋਈ ਅੱਤਵਾਦੀ ਆ ਰਹੇ ਹੋਣ, ਟੈਰੋਰਿਸਟ ਆ ਰਹੇ ਨੇ ਹੁਣ ਦੇਸ਼ ਤੇ ਹਮਲਾ ਹੋ ਰਿਹਾ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਔਰ ਜੋ ਪ੍ਰੋਮਿਸਿਸ ਕੀਤੇ ਸੀ ਉਹਨਾਂ ਨੂੰ ਪੂਰਾ ਕਰ ਲਓ, ਬਿਲਕੁਲ ਠੀਕ ਹੈ। ਹੁਣ ਕਿਸਾਨ ਨੇ ਦੇਖਣਾ ਕਿ ਪਹਿਲਾਂ ਅਸੀਂ 2 ਸਾਲ ਬੈਠੇ ਰਹੇ, ਇਹ ਪੁਖਤਾ ਸਮਾਂ, ਅੱਜ ਹਰ ਵਿਅਕਤੀ ਨੂੰ
ਸਰਕਾਰ ਬਣਾਉਣ ਵਾਸਤੇ ਕਿਸੇ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ, ਕਿਸੇ ਦਾ ਕਰਜ਼ ਮਾਫ ਹੋਇਆ ਜਾ ਰਿਹਾ, ਕਾਰਪੋਰੇਟ ਅਧਾਰਿਆਂ ਨੂੰ ਖੁਸ਼ ਕੀਤਾ ਜਾ ਰਿਹਾ, ਫਿਰ ਕਿਸਾਨ ਕਿਉਂ ਨੀ? ਕਿਉਂ ਪੰਜਾਬ ਨਾਲ ਵਿਤਕਰਿਆ? ਕੀ ਪੰਜਾਬ ਵੋਟਾਂ ਨੀ ਪਾਉਂਦਾ ਇਸ ਕਰਕੇ? ਅੱਜ ਕਿਉਂ ਨੀ ਬੀਜੇਪੀ ਦੇ ਲੀਡਰ ਬੋਲਦੇ ਪੰਜਾਬ ਦੇ? ਅੱਜ ਕਿਉਂ ਨੀ ਬੀਜੇਪੀ ਦੇ ਲੀਡਰ ਜਾ ਕੇ ਉੱਥੇ ਧਰਨਾ ਲਾ ਕੇ ਬੈਠਦੇ? ਅੱਜ ਗੱਲ ਕਰਨੀ ਚਾਹੀਦੀ ਹੈ ਬੀਜੇਪੀ ਦੇ ਲੋਕਾਂ ਨੂੰ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਸੋ ਮੈਂ ਅੱਜ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ, ਮੈਂ ਔਰ ਵਰਕਿੰਗ ਪ੍ਰਧਾਨ ਤੇ ਸਾਡੀ ਇਹ ਲੀਗਲ ਟੀਮ, ਕਿਉਂਕਿ ਕਿਸਾਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਪੋਲੀਟੀਕਲ ਪਾਰਟੀਆਂ ਸਾਡੇ ਅੰਦੋਲਨ ਚ ਹਿੱਸਾ ਨਾ ਲੈਣ। ਬਿਲਕੁਲ ਠੀਕ ਹੈ ਜੋ ਉਹਨਾਂ ਦਾ ਫੈਸਲਾ ਸਾਡੇ ਸਿਰ ਮੱਥੇ, ਲੇਕਿਨ ਅਸੀਂ ਉਹਨਾਂ ਦੀ ਮੋਰਲ ਸਪੋਰਟ ਇੱਥੇ ਬੈਠੇ ਡਟ ਕੇ ਕਰਨੀ। ਅਸੀਂ ਅੰਦੋਲਨ ਚ ਬੇਸ਼ੱਕ ਨਾ ਜਾਈਏ, ਜਿੰਨਾ ਚਿਕਰ ਉਹ ਸਾਦੇ ਨਹੀਂ, ਜਦੋਂ ਸਾਨੂੰ ਕਹਿਣਗੇ ਅਸੀਂ ਜਾਵਾਂਗੇ, ਮੇਰਾ ਤਾਂ ਦਿਲ ਕਰਦਾ ਅੱਜ ਹੀ ਜਾਣ, ਲੇਕਿਨ ਜਦੋਂ ਸੰਦੇਸ਼ ਹੋਏਗਾ ਅਸੀਂ ਉੱਥੇ ਜਾ ਕੇ ਲੜਾਈ ਲੜਾਂਗੇ ਸਾਰੀ ਪੰਜਾਬ ਦੀ ਕਾਂਗਰਸ। ਪਰ ਮੈਂ ਵਾਰਨੀ ਔਰ ਚੇਤਾਵਨੀ ਦੇਣਾ ਚਾਹੁੰਦਾ ਕੇਂਦਰ ਦੀ ਸਰਕਾਰ ਨੂੰ ਔਰ ਹਰਿਆਣੇ ਦੀ ਸਰਕਾਰ ਨੂੰ, ਖਾਸ ਕਰਕੇ ਹਰਿਆਣਾ ਦੇ ਗ੍ਰਹਿ ਮੰਤਰੀ ਸਾਹਿਬ ਨੂੰ, ਕਿ ਜਿਸ ਪ੍ਰਕਾਰ ਦਾ ਤੁਹਾਡਾ ਰਵੱਈਆ ਸਾਡੇ ਪੰਜਾਬ ਦੇ ਲੋਕਾਂ ਦੇ ਵਾਸਤੇ, ਇਹ ਚੰਗੀ ਗੱਲ ਨਹੀਂ ਹੈ। ਔਰ ਅਗਰ ਇੱਕ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਨਾ, ਪੂਰਾ ਭੁਗਤਾਨ ਤੁਹਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ। ਇਹ ਪੰਜਾਬੀ ਹੈ, ਇਹਨਾਂ ਨੇ ਈਨ ਨਹੀਂ ਮੰਨੀ, ਪਹਿਲੀ ਵਾਰੀ ਇਹਨਾਂ ਨੇ ਨੱਕ ਮੋੜ ਕੇ 700 ਲੋਕ ਸ਼ਹੀਦ ਕਰਾ ਕੇ ਆਪਦੀ ਗੱਲ, ਤੁਸੀਂ ਭੱਜ ਗਏ ਹੋ ਆਪਦੀ ਗੱਲ ਤੋਂ, ਇਹ ਤੁਹਾਡੇ ਤੋਂ ਮਨਾ ਕੇ ਆਈ ਸੀ, ਤੁਸੀਂ ਆ ਕੇ ਅਨਾਊਂਸ ਜੋ ਕੀਤਾ ਸੀ, ਮੋਦੀ ਜੀ ਕੀ ਲੀਗਲ ਗਰੰਟੀ ਹੈ ਉਹ ਤਾਂ ਹਜੇ ਆਉਣੀ ਹੈ, ਆ ਤੁਸੀਂ ਕਿਹਾ ਸੀ, ਇਹਦੇ ਤੇ ਖੜੋ ਜੋ ਤੁਸੀਂ ਗਰੰਟੀ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਨੂੰ।